ਅਸਲਾਮ ਵਾਲੇਕੁਮ ਸਾਰਿਆਂ ਨੂੰ, ਕੀ ਹਾਲ ਚਾਲ ਤੁਸਾਂ ਸਾਰਿਆਂ ਦਾ? ਅੱਜ ਮੈਂ ਵਲੋਗ ਜਿਹੜਾ ਹੈ ਪੰਜਾਬੀ ਦੇ ਵਿੱਚ ਬਣਾਵਾਂਗੀ। ਮੁਕੰਮਲ ਵਲੋਗ ਜਿਹੜਾ ਮੇਰਾ ਪੰਜਾਬੀ ਦੇ ਵਿੱਚ ਹੋਏਗਾ। ਅਤੇ ਅਗਰ ਮੇਰੀ ਪੰਜਾਬੀ ਥੋੜ੍ਹੀ ਅੱਗੇ ਪਿੱਛੇ ਹੋ ਜਾਏ ਤਾਂ ਉਹਦੇ ਵਾਸਤੇ ਮੈਨੂੰ ਮਾਫ਼ ਕਰ ਦੇਣਾ, ਕਿਉਂਕਿ ਮੈਂ ਇੰਨੀ ਐਕਸਪਰਟ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ, ਮਾਹਿਰ, ਮੈਂ ਇੰਨੀ ਮਾਹਿਰ ਨਹੀਂ ਹੈ ਪੰਜਾਬੀ ਬੋਲਣ ਵਿੱਚ, ਲੇਕਿਨ ਫਿਰ ਵੀ ਮੈਂ ਪੰਜਾਬੀ ਵੀਡੀਓਜ਼ ਅਤੇ ਮੂਵੀਆਂ ਅਤੇ ਪੰਜਾਬੀ ਲੋਕਾਂ ਨੂੰ ਬੋਲਦੇ ਵੇਖ ਕੇ ਸਿੱਖੀ ਹੈ, ਅਤੇ ਮਾੜੀ ਮੋਟੀ ਪੰਜਾਬੀ ਮੈਨੂੰ ਆ ਹੀ ਜਾਂਦੀ ਹੈ। ਅਤੇ ਅੱਜ ਦੇ ਵਲੋਗ ਨੂੰ ਕੋਸ਼ਿਸ਼ ਕਰਾਂਗੀ ਕਿ ਟੋਟਲੀ ਮੁਕੰਮਲ ਤੌਰ 'ਤੇ ਪੰਜਾਬੀ ਦੇ ਵਿੱਚ ਹੀ ਬੋਲਾਂ ਵਲੋਗ ਦੇ ਵਿੱਚ ਨਾ, ਠੀਕ ਹੈ, ਸਹੀ ਆ। ਅਤੇ ਚਲੋ ਬਈ, ਅੱਜ ਅਸੀਂ ਕੀ ਕਰਾਂਗੇ, ਮੇਰੀ ਜ਼ੁਬਾਨ ਜਿਹੜੀ ਅੱਗੇ ਪਿੱਛੇ ਹੁੰਦੀ ਪਈ ਹੈ ਪੰਜਾਬੀ ਬੋਲਣ 'ਚ, ਥੋੜ੍ਹਾ ਜਿਹਾ ਮਸਲਾ ਮੈਨੂੰ ਦਰਪੇਸ਼ ਆਉਂਦਾ ਪਿਆ ਵਾ। ਮੇਰੀ ਪੰਜਾਬੀ ਥੋੜ੍ਹੀ ਆਵਾ ਪਾਵਾ ਜਾਂ ਟਾਈਪ ਹੋ ਰਹੀ ਹੈ, ਲੇਕਿਨ ਫਿਰ ਵੀ ਮੈਂ ਰਿਕਾਰਡ ਕਰਾਂਗੀ, ਕਿਉਂਕਿ ਬਈ ਮੈਨੂੰ ਇਹ ਰੁਚੀ ਜੀ, ਹੋਰ ਵੀ ਸਬਸਕ੍ਰਾਈਬਰ ਸੀ ਉਹਨਾਂ ਦੀ ਤਰਫੋਂ ਰਿਕੁਐਸਟ ਸੀ ਕਿ ਮੈਂ ਪੰਜਾਬੀ ਦੇ ਵਿੱਚ ਵਲੋਗ ਨਵਾਂ, ਅਤੇ ਆਪਾਂ ਸਟਾਰਟ ਕਰ ਦਿੱਤਾ ਵੇ ਪੰਜਾਬੀ ਦੇ ਵਿੱਚ ਵਲੋਗ ਦੇ ਵਿੱਚ। ਮੇਰਾ ਜਿਹੜਾ ਫੋਕਸ ਸੀ ਉਹ ਹਟ ਵੀ ਸਕਦਾ ਕੰਮ ਤੋਂ, ਮੈਂ ਉਰਦੂ 'ਤੇ ਆ ਜਾਵਾਂ ਇੰਜ ਵਗੈਰਾ ਵਗੈਰਾ 'ਤੇ। ਖੈਰ, ਮੈਂ ਮੋਬਾਈਲ ਨੂੰ ਨਾ ਟਰਾਈਪੋਡ 'ਤੇ ਲਾ ਦਾਂ, ਫਿੱਟ ਕਰਦਾ, ਉਹਦੇ ਬਾਅਦ ਮੈਂ ਵੇਖਦੀ ਹਾਂ ਅੱਗੇ ਅਸੀਂ ਕੀ ਕਰਨਾ ਵੇ, ਠੀਕ ਹੈ, ਸਹੀ ਹੈ। ਅਤੇ ਚਲੋ, ਸ਼ੀਟਾਂ ਨੂੰ ਪੜਾ ਕਰਦਾ, ਕੱਪੜਿਆਂ ਨੂੰ ਪੜਾ ਕਰਦਾ ਜਿਹੜੇ ਦੀਵਾਰ 'ਤੇ ਪਏ ਹੋਏ ਨੇ, ਅਤੇ ਫਿਰ ਵੇਖਦੇ ਹਾਂ ਕੀ ਕਰਨੇ ਅੱਗੇ। ਅਤੇ ਮੇਰੇ ਨਾਲ ਜੁੜੇ ਰਹੋ ਵਲੋਗ ਦੇ ਨਾਲ, ਗਲੂ ਲਾ ਕੇ। ਹਾਏ ਹਾਏ, ਅੱਜ ਇੱਕ ਸਬਸਕ੍ਰਾਈਬਰ ਦੀ, 2-3 ਸਬਸਕ੍ਰਾਈਬਰ ਦੀ ਬਰਥਡੇ ਆ, ਬਰਥਡੇ ਹੈ ਅੱਜ 2-3 ਸਬਸਕ੍ਰਾਈਬਰ ਦੀ ਬਰਥਡੇ ਆ, ਅਤੇ ਉਹਨਾਂ ਦੇ ਵਾਸਤੇ ਮੈਨੂੰ ਵੀਡੀਓ ਬਣਾਉਣੀ ਹੈ, ਡਰਟ ਦੀ ਬਣਾ ਦੇਣੀ ਆ, ਰੈੱਡ ਡਰਟ ਦੀ। ਉਸ ਤਰ੍ਹਾਂ ਧੂਪ ਹੈ ਹਲੇ, ਅਤੇ ਇਸ ਵਾਸਤੇ ਮੈਂ ਧੂਪ ਵਿੱਚ ਬਹਿ ਕੇ ਨਾ ਵੀਡੀਓ ਨਹੀਂ ਬਣਾਵਾਂਗੀ, ਕਿਉਂਕਿ ਰੈੱਡ ਡਰਟ ਦਾ ਕਲਰ ਤਾਂ ਫੇਡ ਹੋ ਜਾਂਦਾ, ਜਿਹੜਾ ਐਕਚੁਅਲ ਕਲਰ ਹੁੰਦਾ ਨਾ ਉਹ ਨਹੀਂ ਦਿਸਦਾ, ਫਿਰ ਉਹ ਕਲਰ ਜਿਹੜਾ ਨਾ ਲਾਈਟ ਹੋ ਜਾਂਦਾ। ਇਸ ਵਾਸਤੇ ਜਦੋਂ ਤੱਕ ਜਦੋਂ ਧੂਪ ਹਟਦੀ ਹੈ ਉਸ ਟਾਈਮ ਤੱਕ ਅਸੀਂ ਇਹ ਜਿਹੜਾ ਟੈਕਸਚਰ ਤੁਹਾਨੂੰ ਨਜ਼ਰ ਆਉਂਦਾ ਪਿਆ ਇਹਦੀ ਕਰਮਲਿੰਗ ਕਰ ਲੈਂਦੇ ਹਾਂ ਗ੍ਰਿਟੀ ਟੈਕਸਚਰ ਦੀ, ਅਤੇ ਨਾਲੇ ਮੈਂ ਤੁਹਾਨੂੰ ਇਹ ਸੂਰਤ ਹਾਲ ਵੀ ਵਿਖਾ ਦੇਣੀ ਆ ਕਿ ਵੇਖੋ ਉਸ ਦਿਨ ਦੀਆਂ ਜਿਸ ਦਿਨ ਦੀਆਂ ਮੈਂ ਇਹ ਸ਼ੇਪਾਂ ਬਣਾਈਆਂ ਸੀ, ਗਲਾਸ ਵਾਲੇ ਪਿਓਰ ਡਰਟ ਦੀ ਗਲਾਸ ਸ਼ੇਪ ਬਣਾਈ ਸੀ, ਉਹ ਅਜੇ ਦੀ ਉਂਝ ਹੀ ਪਈ ਹੋਈ ਹੈ, ਉਹ ਬਲੈਕ ਡਰਟ ਬਲੈਕ ਸੈਂਡ ਉਹ ਵੀ ਇੰਝ ਹੀ ਪਈ ਹੋਈ ਹੈ, ਕਿਉਂਕਿ ਇਹਨਾਂ ਦੀ ਵਾਲੀ ਨਹੀਂ ਆਉਂਦੀ ਪਈ ਹਲੇ ਤੱਕ। ਅਤੇ ਮੈਂ ਜ਼ਰਾ ਮਾਈਕ ਨੂੰ ਸੈੱਟ ਕਰਦਾ, ਫਿਰ ਅਸੀਂ ਕਰਮਲਿੰਗ ਕਰਦੇ ਹਾਂ ਇਸ ਟੈਕਸਚਰ ਦੀ। ਹਾਏ ਹਾਏ, ਗਰਮੀ ਨੇ ਤਾਂ ਜਾਨ ਘੱਟ ਛੱਡੀ ਸਾਡੀ, ਇੰਨੀ ਇਸ ਵਾਲੀ ਗਰਮੀ ਮੇਰੇ ਖਿਆਲ ਤੋਂ ਹਰ ਵਾਰੀ ਬੜੀ ਗਰਮੀ ਪੈਂਦੀ, ਪਰ ਅਸੀਂ ਪਿਛਲੀ ਗਰਮੀ ਨੂੰ ਭੁੱਲ ਕੇ ਅਗਲੀ ਗਰਮੀ ਜਿਹੜੀ ਗਰਮੀ ਪੈਂਦੀ ਵੀ ਲੱਗਦਾ ਹੈ ਸਭ ਤੋਂ ਜ਼ਿਆਦਾ ਗਰਮ ਗਰਮੀ ਇਸ ਸਾਲ ਹੋਈ ਹੈ। ਕੀ ਬੋਲਦੀ ਪਈ ਹਾਂ ਮੈਂ, ਐਨੀਵੇਜ਼ ਇਸ ਗੱਲ ਨੂੰ ਛੱਡੋ, ਗਰਮੀ ਨੇ ਤਾਂ ਸਾਰੀਆਂ ਬੈਟਰੀਆਂ ਲੋ ਕੀਤੀਆਂ ਹੋਈਆਂ ਨੇ, ਅਸੀਂ ਕਰਮਲਿੰਗ ਨੂੰ ਕਰਕੇ ਆਪਣੇ ਆਪ ਨੂੰ ਚਾਰਜ ਕਰਨੇ ਆ।
ਨਜ਼ਰ ਮੈਨੂੰ ਕੁਛ ਨਹੀਂ ਆਉਂਦਾ ਪਿਆ ਇਸ ਤਰਫ ਬਹਿ ਕੇ। ਡਸਟ ਵੇਖੋ ਹੱਥਾਂ 'ਤੇ ਪੈ ਕੇ ਮੈਨੂੰ ਹੁਣ ਇਹ ਮੇਰਾ ਕੋਨਕ੍ਰੀਟ ਡਰਟ ਐਕਸ ਜਿਹੜੇ ਕੋਨਕ੍ਰੀਟ ਸੈਂਡ ਡਰਟ ਉਹ ਵਾਲਾ ਟੈਕਸਚਰ ਹੈ ਅਤੇ ਬੜਾ ਬੜਾ ਡਸਟੀ ਆ। ਇਹਨੂੰ ਪੇ ਸਦੀਆਂ ਗੁਜ਼ਰ ਗਈਆਂ ਨੇ, ਹਾਲੇ ਹਾਲੇ ਜਾ ਕੇ ਮੈਨੂੰ ਕ੍ਰਮਲ ਕੀਤਾ ਹੈ। ਹੁਣ ਮੇਰਾ ਦਿਲ ਕਰਦਾ ਪਿਆ, ਹੁਣ ਮੈਂ ਸੋਚ ਰਹੀ ਹਾਂ ਥੋੜ੍ਹਾ ਦੂਜੇ ਟੈਕਸਚਰ ਦੀ ਕ੍ਰਮਿੰਗ ਕਰਨੇ, ਇਹਨੂੰ ਛੱਡੋ ਇਹਦੀ ਵੀਡੀਓ ਬਣ ਜਾਏਗੀ। ਕਿਉਂ ਕ੍ਰਮਲ ਕਰਕੇ ਵਲੋਗ ਦੇ ਨਜ਼ਰ ਕਰੀਏ, ਇਹਦੀ ਵੀਡੀਓ ਬਣਾ ਕੇ ਅਸੀਂ ਆਪਣੇ ਰੈੱਡ ਕੁਈਨ 'ਤੇ ਪਾਵਾਂਗੇ ਤਾਂ ਕਿ ਤੁਸੀਂ ਉੱਥੇ ਵੇਖ ਕੇ ਖਮੋਸ਼ੀ ਦੇ ਨਾਲ ਇੰਜੋਏ ਕਰੋ ਇਸ ਵੀਡੀਓ ਨੂੰ। ਸਹੀ ਆ, ਸਹੀ ਕਹਿੰਦੀ ਪਈ ਹਾਂ ਮੈਂ, ਬਹੁਤ ਹੀ ਡਸਟੀ ਆ ਯਾਰ। ਜੋ ਜੇ ਸਾਡੀ ਜਿਹੜੀ ਸਾਡੀ ਸੀਨੀਅਰ ਸਮਾਰ ਆਰਟਿਸਟ ਨੇ ਸੀ ਸੀਨੀਅਰ ਸਮਾਰ ਆਰਟਿਸਟ ਸੀ ਸਿਮਰ, ਉਹਨਾਂ ਦੀ ਪੰਜਾਬੀ ਜਿਹੜੀ ਸੀ ਨਾ ਬੜੀ ਵਧੀਆ ਸੀ। ਉਹਨਾਂ ਦੇ ਵਲੋਗ ਮੈਂ ਵੇਖਦੀ ਹੁੰਦੀ ਸਾਂ ਜਦੋਂ ਉਹ ਆਪਣੇ ਚੈਨਲ ਨੂੰ ਚਲਾਇਆ ਕਰਦੇ ਸੀ, ਆਪਣੇ ਚੈਨਲ 'ਤੇ ਵਲੋਗ ਪਾਉਂਦੇ ਸੀ, ਅਤੇ ਮੈਂ ਉਹਨਾਂ ਦੀ ਵਲੋਗਸ ਵੇਖਦੀ ਹੁੰਦੀ ਸੀ ਅਤੇ ਮੈਨੂੰ ਉਹਨਾਂ ਦੀ ਪੰਜਾਬੀ ਬੜੀ ਚੰਗੀ ਲੱਗਦੀ ਸੀ। ਅਤੇ ਇਹ ਪੰਜਾਬੀ ਦੇ ਵਿੱਚ ਗੱਲ ਕਰਦੇ ਕਰਦੇ ਨਾ ਮੈਨੂੰ ਉਹ ਯਾਦ ਆ ਗਈ ਕਿ ਉਹਨਾਂ ਦੀ ਪੰਜਾਬੀ ਜਿਹੜੀ ਸੀ ਨਾ ਬੜੀ ਵਧੀਆ ਸੀ। ਅਤੇ ਅਸੀਂ ਬਸ ਕੋਸ਼ਿਸ਼ ਕਰਦੇ ਪਏ ਹਾਂ ਬੋਲਣ ਦੀ, ਅਸੀਂ ਇੰਨੇ ਮਾਹਿਰ ਤਾਂ ਨਹੀਂ ਪੰਜਾਬੀ ਬੋਲਣ ਦੇ ਵਿੱਚ। ਚਲੋ ਮੈਂ ਕਿਹਾ ਐਂਡ ਛੱਡਣ ਤੋਂ ਬਿਹਤਰ ਮੈਂ ਤੁਹਾਨੂੰ ਇਕੱਠਾ ਕਰਕੇ ਵਿਖਾ ਕੇ ਰੁਕੇ ਰੱਖਦੀ ਹਾਂ, ਚੁੱਕਣਾ ਤਾਂ ਮੈਂ ਹੈ ਹੀ, ਕਿਉਂ ਨਾ ਮੈਂ ਤੁਹਾਡੇ ਸਾਹਮਣੇ ਇਹਨੂੰ ਚੁੱਕ ਲਵਾਂ ਐਂਡ ਜੀ, ਥੋੜ੍ਹਾ ਬਹੁਤਾ ਵਲੋਗ ਵੀ ਬਣ ਜਾਵੇਗਾ। ਕੀ ਹੁੰਦਾ ਬੋਲਣ ਦੇ ਵਿੱਚ ਮੂੰਹ ਨੂੰ, ਥੋੜ੍ਹਾ ਬਹੁਤਾ ਵਲੋਗ ਵੀ ਬਣ ਜਾਵੇਗਾ। ਟੁੱਟ ਗਿਆ ਏ ਸ਼ੇਪ, ਟੁੱਟ ਗਈ, ਵੇਖੋ ਵੇਖੋ ਮੇਰਾ, ਹਾਏ ਹਾਏ, 300 ਰੁਪਏ ਡੁੱਬ ਗਿਆ ਮੇਰਾ। ਇੰਨਾ ਬੋਲਣਾ ਮੈਨੂੰ ਇੰਝ ਸੁੱਟ ਦੇਣੀ ਆ, ਇਹ ਕੀ ਮੈਂ ਰੱਖਣਾ, ਇਹਨੂੰ ਮੈਂ ਸੁੱਟ ਗਈ ਆਈ ਸੁੱਟਾਈ ਆ ਮੈਂ ਗੰਦ ਨੂੰ, ਇਹ ਵੀ ਸੁੱਟ ਕੇ ਆਈ, ਪਤਾ ਨਹੀਂ ਕੀ ਪਿਆ ਹੋਇਆ ਵਾ। ਇਹ ਵੀ ਸੁੱਟ ਗਿਆ ਨਹੀਂ ਹੈ, ਮੇਰੇ ਹੱਥ ਕੋਈ ਟੈਕਸਚਰ ਹੀ ਪਏ ਹੋਏ ਨੇ ਗੰਦੇ, ਅਤੇ ਇਹਨੂੰ ਮੈਂ ਸੁੱਟ ਕੇ ਆਉਂਦੀ ਹਾਂ ਅਤੇ ਇਹਨੂੰ ਮੈਂ ਵਾਸ਼ ਕਰਕੇ ਆਉਂਦੀ ਹਾਂ। ਇਹਨੂੰ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ। ਮੈਂ ਨਾ ਜਾ ਕੇ ਨਾ ਬਾਜ਼ਾਰ ਇਹ ਵਾਲਾ ਕੰਟੇਨਰ ਹੋਰ ਲੈ ਕੇ ਆਉਣਾ, ਕੌਣ ਕੀ ਸੀ।
ਤਿਨਕੇ ਆ ਗਏ। ਅੱਗੇ ਵਿੱਚ ਮੇਰੀ ਥੋੜ੍ਹੀ ਬਹੁਤ ਉਰਦੂ ਨਿਕਲ ਜਾਣਾ, ਮੈਨੂੰ ਮਾਫ਼ ਕਰ ਦੇਣਾ, ਮੈਂ ਕੋਸ਼ਿਸ਼ ਕਰਨੀ ਪਈ ਹਾਂ। ਬੜਾ ਮੈਨੂੰ ਆਪਣੇ ਜ਼ਿਹਨ ਨੂੰ ਫਿਕਸ ਰੱਖਣਾ ਪੈ ਰਿਹਾ ਕਿ ਮੈਂ ਪੰਜਾਬੀ ਬੋਲਣੀ ਹੈ, ਇਸ ਵਾਸਤੇ ਨਾ ਵਿੱਚ ਨਾ ਕਦੀ ਕਦੀ ਉਰਦੂ ਵੀ ਨਹੀਂ ਨਿਕਲ ਆਉਂਦੀ, ਕਿਉਂਕਿ ਸਮਝ ਆ। ਚਲੋ ਬਈ ਇਹਨੂੰ ਮੈਂ ਚੁੱਕ ਲਿੱਤਾ ਹੈ, ਚਲੋ ਇਹ ਵੇਖੋ ਠੀਕ ਹੈ, ਹੁਣ ਇਹਨੂੰ ਇਹਦੇ ਵਿੱਚ ਹੀ ਰਹਿਣ ਦੇਣੇ ਆ। ਇਹ ਵੇਖੋ ਇਹ ਟੈਕਸਚਰ ਨੂੰ ਨਾ ਕੱਢਣ ਲੱਗੀ ਹਾਂ ਮੈਂ ਸ਼ੇਪ ਦੇ ਵਿੱਚੋਂ, ਇਹਨੂੰ ਸਾਈਡ 'ਤੇ ਕਰ ਦਿੰਦੇ ਹਾਂ। ਇਹ ਸ਼ੀਟ ਥੱਲੇ ਬਹਿ ਗਈ ਹੈ, ਇਸ 'ਤੇ ਵਜ਼ਨ ਵਾਹਵਾ ਪਿਆ ਹੋਇਆ ਵੇ, ਅਤੇ ਇਸ ਵਾਸਤੇ ਨਾ ਉਹ ਥੱਲੇ ਬਹਿ ਗਈ ਹੈ। ਇਹ ਸਾਈਡ ਮੈਂ ਵਿਖਾਉਂਦੀ ਹਾਂ ਤੁਹਾਨੂੰ, ਇਹ ਵੇਖੋ ਹੁਣ ਅਸੀਂ ਕੀ ਕਰਨ ਲੱਗੇ ਸੀ, ਅਸੀਂ ਸ਼ੇਪਾਂ ਦੇ ਵਿੱਚੋਂ ਟੈਕਸਚਰ ਕੱਢਣ ਲੱਗੇ ਸੀ। ਇਹ ਸ਼ੇਪ ਜਿਹੜੀ ਹੈ ਉਹਨੂੰ ਕੱਢਣੇ ਆ, ਸਹੀ ਹੈ, ਉਹਨੂੰ ਅਸੀਂ ਉੱਥੇ ਪਾ ਦੇਣੇ ਆ ਜਿਹਦੇ ਜਿੱਥੇ ਇਹਦਾ ਟੈਕਸਚਰ ਪਿਆ ਹੋਇਆ। ਇਹ 900 ਵਾਲਾ ਟੈਕਸਚਰ ਹੈ ਠੀਕ ਹੈ, ਇਹਨੂੰ ਅਸੀਂ ਮਗਰ ਲੈਣੀ ਤੂੰ ਵੇਖੋ, ਇਹਨੂੰ ਅਸੀਂ ਇੱਥੇ ਰੱਖ ਦੇਣਾ ਸੀ। ਥੋੜ੍ਹੀ ਜਿਹੀ ਕਰਮੀ ਕਰ ਲੈਂਦੇ ਹਾਂ ਜੀ, ਵੇਖਦੇ ਹਾਂ ਡਰਾਈ ਪਿਆ ਹੋਇਆ ਕਿ ਨਹੀਂ, ਕਿ ਆਉਂਦੀ ਹੈ। ਇੱਕ ਮਿੰਟ ਮੈਂ ਮਾਈਕ ਲਾ ਦੇਵਾਂ, ਹਾਏ ਹਾਏ ਇਹਨੂੰ ਮੈਂ ਚੁੱਕਿਆ ਨਾ ਅਤੇ ਪਿੱਛੇ ਜਿਹੜੀਆਂ ਸ਼ੇਪਾਂ ਪਈਆਂ ਨੇ ਉਹਨਾਂ ਡਿੱਗ ਜਾਂਦੇ, ਅਤੇ ਮੈਂ ਸੋਚਿਆ ਹੀ ਨਹੀਂ ਕੀ ਕਰੀਏ। ਵੇਟ ਮੈਂ ਜ਼ਰਾ ਜਗ੍ਹਾ ਬਣਾ ਲਵਾਂ, ਮੈਂ ਇੰਨੀ ਮਿਹਨਤ ਕੀਤੀ ਹੈ ਇਸ ਟੈਕਸਚਰ ਨੂੰ ਕਰੰਬਲ ਕਰਨ ਵਾਸਤੇ, ਅਤੇ ਟੈਕਸਚਰ ਹੀ ਮਾਸ਼ਾਅੱਲਾ ਡੈਮ ਪਏ, ਉਹ ਜਿਹੜਾ ਟੈਕਸਚਰ ਪਿਆ ਨਾ 900 ਵਾਲਾ, ਮੈਂ ਇਹ ਸਲੈਬਾਂ ਨੂੰ ਚੁੱਕ ਕੇ ਇੱਥੇ ਰੱਖਿਆ ਹਲਕੇ ਹੱਥੋਂ, ਮੈਂ ਕਿਹਾ ਟੁੱਟ ਨਾ ਜਾਣ, ਅਤੇ ਬਟ ਉਹ ਟੈਕਸਚਰ ਹੀ ਡੈਮ ਪਏ। ਚਲੋ ਫਿਰ ਵੀ ਇੱਕ ਸ਼ੇਪ ਮੈਨੂੰ ਨਜ਼ਰ ਆਉਂਦੀ ਮਾੜੀ ਕੋ ਸੁੱਕੀ ਮਾੜੀ ਕੋ ਸੁੱਕੀ ਹਾਂਜੀ ਮਾੜੀ ਕੁ ਮੈਨੂੰ ਸੁੱਕੀ ਨਜ਼ਰ ਆਉਂਦੀ ਪਈ ਸ਼ੇਪ, ਅਤੇ ਉਹਨੂੰ ਨਿਪਟਾਉਂਦੇ ਹਾਂ ਉਹਨੂੰ ਵੀ ਨਿਪਟ
ਉਹਨੂੰ ਨਿਪਟਾਉਂਦੇ ਹਾਂ। ਵੇਖੋ ਪਤਾ ਨਹੀਂ ਨਜ਼ਰ ਆਉਂਦਾ ਪਿਆ ਬੋਲ ਕੇ ਨਹੀਂ ਹੋਰ ਵੀ ਇੱਕ ਨੇ ਹੋਰ ਕੀ ਸੀਨ ਹੋਣ ਇਹਨਾਂ ਦਾ ਇਹ ਵੇਖੋ ਵੀ ਮੈਨੂੰ ਥੋੜ੍ਹੀ ਜਿਹੀ ਡਰਾਈ ਲੱਗਦੀ ਪਈ ਹੈ। ਥੋੜ੍ਹੀ ਡਰਾਈ ਮਜ਼ੇਦਾਰ ਹੈ ਮੋਬਾਈਲ ਹੋਣੇ ਕਿ ਨਹੀਂ ਪਿੱਛੋਂ ਸਿਟੀ ਦੀ ਆਵਾਜ਼ ਵੱਜਦੀ ਪਈ ਹੈ ਉਹ ਵਿੱਚੋਂ ਡਿਸਟਰਬ ਕਰੇਗੀ ਅਤੇ ਮੈਨੂੰ ਨਾ ਕੁਛ ਕਹਿਣਾ ਠੀਕ ਹੈ। ਸਾਹਮਣੇ ਖੜੀ ਹੋ ਜਾਂਦੀ ਦੱਸੋ 900 ਨੂੰ ਕਿਸ ਕਲਰ ਦੇ ਵਿੱਚ ਕਨਵਰਟ ਕਰਾਂ ਦੱਸੋ ਮੈਂ ਉਸ ਕਲਰ ਦੇ ਵਿੱਚ ਕਰ ਲਵਾਂਗੀ ਟਰਾਈ ਬਸ ਦੱਸੋ ਕਿਸ ਕਲਰ ਦੇ ਵਿੱਚ 900 ਨੂੰ ਮੈਂ ਚੇਂਜ ਕਰਾਂ ਦੱਸਣਾ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਸਹੀ ਹੈ ਬਾਕੀ ਟੈਕਸਟ ਡੈਂਪ ਹੀ ਹੈ ਇਹ ਵੇਖੋ ਥੋੜ੍ਹਾ ਜਿਹਾ ਟਰਾਈ ਜਿਹੜਾ ਟੈਕਸਚਰਾਂ ਦੇ ਅੰਦਰ ਛੁੱਪਿਆ ਹੋਇਆ ਸੀ ਨਾ ਉਹ ਡੈਂਪ ਜਿਹੜੇ ਉੱਤੇ ਸੀ ਬਾਹਰ ਨਿਕਲੀ ਹੋਈ ਸੀ ਨਾ ਉਹ ਗਿੱਲੀ ਸੁੱਕੀ ਹੋਈ ਹਲਕੀ ਡੈਂਪ ਚਲੋ ਥੋੜ੍ਹਾ ਜਿਹਾ ਪਿਟੀ ਵਾਲੇ ਟੈਕਸਚਰ ਕੰਮ ਕਰਨੇ ਜਾ ਕੇ ਚਲੋ ਮੈਂ ਇਹਨੂੰ ਛੱਡਦੇ ਹਾਂ ਵੀਡੀਓ ਵੀ ਬਣਾਉਣੀ ਕਿ ਇਹਨੂੰ ਹੀ ਚਿਮੜੇ ਰਹਿਣਾ ਸੀ ਛੱਡਣੀ ਵੀ ਨਹੀਂ ਚਿਮੜੀ ਵੀ ਰਹਿੰਦੀ ਤਾਂ ਕਹਿੰਦੀ ਛੱਡ ਦੇ ਇਹਨੂੰ ਆਉਂਦੜੀ ਨਾ ਥੋੜ੍ਹੀ ਜਿਹੀ ਮੈਂ ਤੁਹਾਨੂੰ ਕਲੀਨਿੰਗ ਵਿਖਾ ਦੇਣੀ ਹੈ ਸ਼ੇਪਾਂ ਨੂੰ ਤਰਤੀਬ ਦੇ ਨਾਲ ਰੱਖਣ ਦੀ ਸਹੀ ਹੈ ਇਹ ਦੇਖੋ ਜ਼ਰਾ ਵਾਈਟ ਡੇਟ ਦਾ ਹਾਲ ਕੀ ਹੋਇਆ ਹੋਇਆ ਰੱਜ ਕੇ ਬੱਜ ਕੋਝੀ ਹੋਈ ਹੋਈ ਹੈ ਇਹਨੂੰ ਫੜਨ ਦੇ ਨਹੀਂ ਤੇ ਐਨਰਜੀ ਲੋ ਹੋ ਗਈ ਹਾਏ
ਹਾਏ ਅੱਲਾ ਜੀ, ਹਲੇ ਨਹੀਂ ਇਹਦੀ ਵੀਡੀਓ ਬਣਾਉਣੀ ਮੈਂ, ਰੈੱਡ ਡਲਟ ਦੀ, ਡਲਟ ਦੀ ਮਾਈਕ ਦੇ ਵਿੱਚੋਂ ਮੇਰੀ ਆਵਾਜ਼ ਆਉਂਦੀ ਪਈ ਹੈ, ਆਉਂਦੀ ਪਈ ਹੈ। ਵੇਖੋ ਕੀ ਕਰਾਂ ਮੈਂ, ਕੀ ਕਰਾਂ ਮੈਂ ਦੱਸੋ। ਟੈਕਸਟਰਾਂ ਦੀ ਇੱਥੇ ਬੈਂਡ ਵੱਜੀ ਹੋਈ ਹੈ, ਉਹ ਸਾਰੇ ਡੈਂਪ ਨੇ ਪਏ ਪਿੱਛੇ। ਹਾਏ ਹਾਏ ਹੋਏ ਹੋਏ, ਕਿਆ ਮਜ਼ੇਦਾਰ ਟੈਕਸਚਰੀ, ਕਿੱਦਾਂ ਮਜ਼ੇਦਾਰ ਟੈਕਸਚਰੀ, ਕਰਮੀ ਕਰਕੇ ਸਵਾਦ ਆ ਜਾਂਦਾ ਇਹਦਾ। ਮੇਰੀ ਕੋਸ਼ਿਸ਼ ਸੀ ਇਹਦੇ ਵਿੱਚ ਨਾ ਮਿਕਸ ਹੋ ਜਾਏ, ਇਸ ਵਾਸਤੇ ਮੈਂ ਇਹਨੂੰ ਸਾਈਡ 'ਤੇ ਕਰਦੀ ਪਈ। ਜਦੋਂ ਇਹ ਕਰੰਬਲਿੰਗ ਹੋ ਜਾਏਗੀ ਨਾ ਇਸ ਟੈਕਸਚਰ ਦੀ, ਫਿਰ ਮੈਨੂੰ ਚੁੱਕ ਕੇ ਕਿਸੇ ਸ਼ੀਟ 'ਚ ਚੁੱਪਾ ਫਿਰ ਡੱਬੀ ਵਿੱਚ ਪਾ ਦਾਂਗੀ। ਹਲੇ ਮੈਨੂੰ ਰੱਖ ਦਿੰਦੀ ਹਾਂ, ਅਤੇ ਦੱਸੋ ਵੀ ਜਿਹੜੀ ਡਸਟ ਪਈ ਉਹਨੂੰ ਕਲੀਅਰ ਕਰ ਦੇਣੀ ਹੈ। ਚਲੋ ਹੁਣ ਨਾ ਗ੍ਰਿਟੀ ਟੈਕਸਚਰ ਵੀ ਜਾ ਕੇ ਕਰੰਬਲਿੰਗ ਕਰਦੇ ਹਾਂ। ਮੈਂ ਸੋਚ ਰਹੀ ਜਿਹੜੀ ਰੈੱਡ ਥੋੜ੍ਹੀ ਟੁੱਟੀ ਹੋਈ ਸ਼ੇਪਾਂ ਨੇ ਨਾ, ਉਹਦੀ ਥੋੜ੍ਹੀ ਜਿਹੀ ਕਰੰਬਲਿੰਗ ਕਰ ਲੈਂਦੇ, ਪਾਊਡਰ ਬਣਾ ਲੈਂਦੇ ਉਹਦਾ, ਕਿਉਂਕਿ ਟੁੱਟੀਆਂ ਹੋਈ ਸ਼ੇਪਾਂ 'ਤੇ ਨਾ ਕਰੰਬਲਿੰਗ ਮੇਰਾ ਦਿਲ ਨਹੀਂ ਕਰਦਾ ਪਿਆ। ਮੈਂ ਵੀਡੀਓ ਦੇ ਵਿੱਚ ਕਰਾਂ, ਉਹਦਾ ਵਲੋਗ ਦੇ ਵਿੱਚ ਇਹਨੂੰ ਕਰ ਲੈਂਦੇ ਕਲੰਬਲ ਕਰ ਲੈਂਦੇ ਇਹਨੂੰ। ਕੀ ਖਿਆਲ ਹੈ ਤੁਹਾਡਾ? ਵੇਖੋ ਮਾਈਕ ਨੂੰ ਦੌੜਾ ਪੈ ਜਾਂਦਾ ਵਾ ਜ਼ਰਾ, ਤੁਹਾਨੂੰ ਕੋਈ ਚੀਜ਼ ਲੱਗ ਜਾਏ। ਵਾਈਟ ਜਿਹੜੀ ਰੈੱਡ ਰੈੱਡ ਹੈ ਨਾ, ਉਹ ਬੜੀ ਘੱਟ ਹੈ, ਇਹਨੂੰ ਮੈਨੂੰ ਐਕਸਟੈਂਡ ਕਰਨਾ ਹੈ। ਪਿੱਛੇ ਨਾ ਲੋਕ ਚੜ੍ਹੇ ਹੋਏ ਨੇ ਚਾਹਤ, ਅਤੇ ਇਸ ਵਾਸਤੇ ਮੈਂ ਬੜੀ ਘੱਟ ਘੱਟ ਆਵਾਜ਼ ਵਿੱਚ ਬੋਲਦੀ ਪਈ ਹਾਂ। ਨਜ਼ਰ ਆਉਂਦਾ ਪਿਆ ਵਾ, ਨਹੀਂ ਹੁਣ ਇੱਥੇ ਆਈ ਨਾ, ਤੇਰੀਆਂ ਲੱਤਾਂ ਭੰਨ ਦੇਣੀਆਂ ਨੇ ਮੈਂ। ਫਿਰ ਆਵਾਜ਼ ਨਹੀਂ ਆਉਂਦੀ ਤੂੰ ਚਿਮੜੋ। ਚਲੋ ਕਰਨੇ ਦੀ ਕਰੰਬਲਿੰਗ ਮਜ਼ੇਦਾਰ ਜੀ।
ਯਾਰ ਦੂਜਾ ਹੱਥ ਜਿਹੜਾ ਨਾ ਕੈਮਰੇ ਦੇ ਵਿੱਚ ਨਹੀਂ ਆਉਣਾ, ਮੈਨੂੰ ਥੋੜ੍ਹਾ ਸਾਈਡ 'ਤੇ ਹੋਣਾ ਪੈਣਾ, ਫਿਰ ਹੀ ਆਏਗਾ ਉਹਨੂੰ ਵੀ ਆਵਾਜ਼ ਆੜੀ ਚੜੀ ਹੋਈ ਤੀ, ਮੈਨੂੰ ਕਿਉਂ ਨਹੀਂ ਕਰਮਲੀ ਵਿੱਚ ਪਾਉਂਦੇ। ਹਾਏ ਹਾਏ ਮੇਰੇ ਪਿਓਰ ਸਿਮਰ ਦੇ ਵਿੱਚ ਸਿਮਰ ਹੈ ਡੱਡਾ ਡਿੱਗਦੀ ਹੈ। ਟੇੜਾ ਹੋ ਕੇ ਕੰਮ ਕਰਨਾ ਪਿਆ ਰਿਹਾ। ਚਲੋ ਇਹਨੂੰ ਵੀ ਕੰਮ ਕਰ ਦਿੱਤਾ ਨਾ, ਹੁਣ ਵੀਡੀਓ ਬਣਾ ਲੈਂਦੇ ਹਾਂ, ਕਦੋਂ ਦੀ ਬਕਵਾਸ ਕਰ ਜਾਂਦੀ ਹੋਈ ਹਾਂ, ਵੀਡੀਓ ਬਣਾ ਲੈਂਦੇ ਚਲੋ ਬਈ ਇਹਨੂੰ ਛੱਡਦੇ ਹਾਂ, ਪਾਣੀ ਲੈ ਕੇ ਆਉਂਦੀ ਹਾਂ ਟੱਬ ਵਿੱਚ। ਮੈਨੂੰ ਇਹਦੀ ਰਿਕੁਐਸਟ ਆਈ ਸੀ ਕਿ ਇਹਦੀ ਨਾ ਵਾਟਰ ਕਰਮਿੰਗ ਕਰੀ ਹੈ, ਅਤੇ ਵਾਟਰ ਕਰਮਿੰਗ ਕਰਨੀ ਇਹਦੀ, ਅਤੇ ਅੱਜ ਜਿਹੜੀ ਸਬਸਕ੍ਰਾਈਬਰ ਦੀ ਬਰਥਡੇ ਆ ਉਹਨੂੰ ਡੈਡੀਕੇਟ ਕਰ ਦੇਵਾਂਗੇ ਅਸੀਂ, ਉਹ ਤੁਹਾਡਾ ਭਲਾ ਹੋਏ। ਮੈਂ ਪਾਣੀ ਲੈ ਕੇ ਟੱਬ ਵਿੱਚ ਮਾਫ ਕਰ ਦਿਓ, ਵੀਡੀਓ ਮੈਨੇ ਬਣਾ ਲਈ ਹੈ ਅਤੇ ਮੈਂ ਵਾਹਵਾ ਹੀ ਪਾਣੀ ਸੁੱਟ ਦਿੱਤਾ ਹੈ ਟੱਬ ਦੇ ਵਿੱਚ, ਮਤਲਬ ਬਹੁਤ ਮਤਲਬ ਬਥੇਰਾ ਪਾਣੀ ਪਾ ਲਿੱਤਾ ਹੈ। ਹੁਣ ਮੈਂ ਸੋਚਦੀ ਪਈ ਹਾਂ ਇਹ ਲਿਕੁਇਡ ਨੂੰ ਮੈਂ ਕਿੱਦੋਂ ਸੰਭਾਲਾਂ, ਕਿਵੇਂ ਇਹ ਲਿਕੁਇਡ ਨੂੰ ਮੈਂ ਕਿਵੇਂ ਸੰਭਾਲਾਂ, ਕਿਉਂਕਿ ਟੱਬ ਮੈਨੂੰ ਚਾਹੀਦਾ ਅਤੇ ਟੱਬ ਦੇ ਵਿੱਚ ਬੁੱਕ ਹੋ ਗਿਆ ਹੁਣ ਟੈਕਸਚਰ, ਹੁਣ ਇਹਨੇ ਤਾਂ ਹਿੱਲਣਾ ਨਹੀਂ ਜਦੋਂ ਤੱਕ ਇਹਨੂੰ ਸੁੱਕਣਾ ਨਹੀਂ ਸੈੱਟ ਨਹੀਂ ਹੋਣਾ, ਅਤੇ ਮੈਂ ਫਿਰ ਇਹ ਸੋਚ ਦੇ ਵਿੱਚ ਕੀ ਕਰਾਂ ਮੈਂ ਇਹਨੂੰ, ਮੈਨੂੰ ਲੱਗਦਾ ਕਿ ਬਾਊਲ ਦੇ ਸੈੱਟ ਵਿੱਚ ਨਹੀਂ ਲਏ, ਨਹੀਂ ਨਹੀਂ ਇਹਨੂੰ ਇੰਝ ਛੱਡ ਦਿੰਦੀ ਹਾਂ, ਹੁਣ ਕੀ ਹੋ ਸਕਦਾ ਇਹਨੂੰ ਇੰਝ ਛੱਡ ਦੇਣੀ, ਹਾਲਾਂ ਕਿ ਬਹੁਤ ਜ਼ਿਆਦਾ ਲਿਕੁਇਡ ਹਾਲੇ ਵੀ ਇੱਥੇ ਪਿਆ ਹੋਇਆ, ਵੇਖੋ ਬੜਾ ਹੀ ਖਲਾਰਾ ਪਾ ਲਿਆ। ਚਲੋ ਸਫਾਈ ਕਰਨੀ ਉਸ ਜਗ੍ਹਾ ਤੋਂ ਜਿੱਥੋਂ ਟੈਕਸਚਰ ਚੁੱਕਿਆ, ਫਿਰ ਅੱਗੇ ਜਾ ਕੇ ਵੇਖਣਾ ਕੀ ਕਰੀਏ। ਹੱਥ ਜਿਹੜੇ ਨੇ ਨਾ ਉਹ ਵਾਸ਼ ਕਰਨੇ ਪੈਣੇ ਨੇ ਪਹਿਲੇ।